ਰਾਮਗੜ੍ਹ ਸਰਦਾਰਾਂ ਵਿਖੇ ਤੀਆਂ ਦੇ ਵਿਹੜੇ ਤੀਆਂ ਭੈਣਾਂ ਨੇ ਲਾਈਆਂ ਰੌਣਕਾਂ। ਜੀ ਹਾਂ, ਹਲਕਾ ਪਾਇਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਪਿਛਲੇ ਦਿਨ 4 ਅਗਸਤ ਦਿਨ ਐਤਵਾਰ ਨੂੰ ਤੀਆਂ ਦੇ ਵਿਹੜੇ ਤੀਆਂ ਭੈਣਾਂ ਨੇ ਲਾਈਆਂ ਰੌਣਕਾਂ। ਇਹ ਪ੍ਰੋਗਰਾਮ ਰਾਜਪੂਤ ਮੁਹੱਲੇ ਦੀਆਂ ਤੀਆਂ ਭੈਣਾਂ ਅਤੇ ਮਾਤਾਵਾਂ ਵੱਲੋਂ ਰਲ ਮਿਲ ਕੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਵਿਰਾਸਤੀ ਪਿਛੋਕੜ ਰੀਤੀ ਰਿਵਾਜ਼ਾਂ ਨੂੰ ਬਾਖੂਬੀ ਨਾਲ ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ, ਜਿਵੇਂ ਕਿ ਭੈਣਾਂ ਘਰ ਭਰਾਵਾਂ ਪੱਲੂ ਸਾਵਣ ਦਾ ਸਧਾਰਾ ਦੇ ਕੇ ਆਉਣਾ, ਸਾਈਕਲ 'ਤੇ ਸਵਾਰ ਹੋ ਕੇ ਅਤੇ ਤੀਆਂ ਦੇ ਵਿਆਹ ਮੌਕੇ ਨਾਨਕਾ ਮੇਲ ਦਾ ਆਉਣਾ, ਜਾਗੋ ਕੱਢਣੀ, ਬੋਲੀਆਂ ਪਾਉਣਾ, ਗਿੱਧਾ ਭੰਗੜਾ ਅਤੇ ਹੋਰ ਪਿਛੋਕੜ ਰੀਤੀ ਰਿਵਾਜ਼ਾਂ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਤੀਆਂ ਦਾ ਪ੍ਰੋਗਰਾਮ ਦੇਖ ਰਹੇ ਨਗਰ ਨਿਵਾਸੀਆਂ ਵੱਲੋਂ ਵੀ ਤੀਆਂ ਭੈਣਾਂ ਦਾ ਸਾਥ ਦਿੱਤਾ ਗਿਆ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਸ਼ਮਸ਼ੇਰ ਸਿੰਘ, ਜੀਵਨ ਸਿੰਘ, ਗੁਰਮੀਤ ਸਿੰਘ, ਬਿੱਟੂ ਸਿੰਘ, ਜੋਤੀ ਕੌਰ, ਅੰਕਵੀਰ ਕੌਰ, ਗਿੰਨੀ ਕੌਰ, ਨਵਨੀਤ ਕੌਰ, ਕਾਜਲ ਕੌਰ, ਡੈਂਪਲਾ ਕੌਰ, ਨੇਹਾ ਕੌਰ, ਮਨਪ੍ਰੀਤ ਕੌਰ, ਕਰਮਜੀਤ ਕੌਰ ਆਦਿ ਅਨੇਕਾਂ ਔਰਤਾਂ ਹਾਜ਼ਰ ਸਨ। ਦੇਖੋ ਮਲੋਦ ਪਾਇਲ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਜੇਕਰ ਤੁਸੀਂ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਐਂਡ ਫੋਲੋ ਜ਼ਰੂਰ ਕਰਨਾ। ਬਖਰੇ ਹੋ ਕੇ ਮਰਜ਼ੀ ਕਰਨੀ, ਆਪਣਾ ਹੁਕਮ ਚਲਾਉਣਾ, ਜੇ ਰੱਖਣਾ ਤਾਂ ਤੇਰੀ ਮਾਰੇ ਜੀ, ਇੱਥੇ ਜਾ ਕੇ ਮੜਕ ਨਾਲੇ ਆਉਣਾ, ਜੇ ਰੱਖਣਾ ਤਾਂ ਤੇਰੀ ਮਾਰੇ ਜੀ, ਇੱਥੇ ਜਾ ਕੇ ਮੜਕ ਨਾਲੇ ਆਉਣਾ। ਮਾਮਾ ਮਾਮੀ ਨੂੰ ਸਮਝਾ ਲਾ ਲੱਲੜ ਮਾਰੇ ਕਰਦੀਆ, ਮਾਮਾ ਮਾਮੀ ਨੂੰ ਸਮਝਾ ਲਾ ਲੱਲੜ ਮਾਰੇ ਕਰਦੀਆ, ਸਾਡੇ ਬੇਟੇ ਦੇ ਵਿੱਚ ਨਹੀਂ।
ਮੇਰਾ ਨਾਮ ਕੁਲਜੀਤ ਕੌਰ ਹੈ ਜੀ। ਹਾਂਜੀ ਕੁਲਜੀਤ ਕੌਰ, ਕਿਹੜਾ ਪਿੰਡ ਹੈ ਜੀ ਤੁਹਾਡਾ? ਸਾਡਾ ਰਾਮਗੜ੍ਹ ਸਰਦਾਰਾ। ਅੱਛਾ ਜੀ, ਇਹ ਜੋ ਤੀਆਂ ਦਾ ਸਮਾਗਮ ਕੀਤਾ ਗਿਆ ਅੱਜ, ਹਾਂਜੀ, ਤੀਆਂ ਧਰਾਣੀਆਂ ਤੁਹਾਡੇ ਵੱਲੋਂ ਮਿਲ ਕੇ, ਕੁੜੀਆਂ ਕੱਤਰੀਆਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਤੁਸੀਂ? ਇਹ ਕਹਿਣਾ ਚਾਹਾਂਗੇ ਸਾਡਾ ਬਹੁਤ ਪੁਰਾਣਾ ਤਿਉਹਾਰ ਹੈ ਜੀ, ਜਿਹਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ, ਆਉਣ ਵਾਲੀ ਜਨਰੇਸ਼ਨ ਸਾਡੀ ਦੇਖੇ ਜੀ ਸਾਡਾ ਪੁਰਾਣਾ, ਕਿਵੇਂ ਸਾਰੇ ਰਲ ਕੇ ਤੀਆਂ ਕਿੱਦਾਂ ਪਾਉਂਦੇ ਨੇ ਜੀ, ਤੇ ਸਾਰੇ ਸੈਲੀਬ੍ਰੇਟ ਕਰਦੇ ਨੇ ਜੀ, ਝੂਲੇ ਪਾਉਂਦੇ ਨੇ, ਚੂੜੀਆਂ ਹਾਰ ਸ਼ਿੰਗਾਰ, ਇਹ 'ਚ ਬਹੂਆਂ ਆਪਣੇ ਪਿੰਡ ਜਾ ਕੇ, ਆਪਣੇ ਪੇਕੇ ਪਿੰਡ ਜਾ ਕੇ, ਆਪਣੇ ਭਰਜਾਈਆਂ ਨਣਦਾਂ ਨਾਲ ਹਾਂਜੀ ਪਿੰਡਾਂ ਝੂਟਦੀਆਂ ਨੇ ਜੀ, ਗਿੱਧੇ ਪਾਉਂਦੀਆਂ ਨੇ ਹਾਂਜੀ, ਤੇ ਸਾਵਣ ਦਾ ਤਿਉਹਾਰ ਜੀ ਮਨਾਉਂਦੇ ਨੇ ਜੀ। ਅੱਛਾ ਜੀ, ਇਹ ਸਮਾਗਮ ਕਿੰਨਾ ਵੱਲੋਂ ਕਰਵਾਇਆ ਗਿਆ, ਉਹਨਾਂ ਦਾ ਕੀ ਨਾਮ ਹੈ? ਸਮਾਗਮ ਜੀ ਸਾਡੇ ਸਾਰੇ ਵੱਲੋਂ ਰਲ ਕੇ ਕਰਾਇਆ ਗਿਆ ਜੀ, ਕੁੜੀਆਂ ਵੱਲੋਂ ਜੀ ਜੀ, ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਬੱਚੇ ਜੋ ਦੇਖਣ ਜੀ, ਅੱਗੇ ਜਾਰੀ ਰੱਖਣ ਜੀ ਸਾਨੂੰ ਜੀ। ਥੈਂਕ ਯੂ। ਮੇਰਾ ਨਾਮ ਸੁਰਿੰਦਰ ਕੌਰ ਹੈ ਜੀ। ਹਾਂਜੀ, ਇਹ ਨਣਦਾਂ ਭਰਜਾਈਆਂ ਦਾ ਤਿਉਹਾਰ ਹੈ। ਹਾਂਜੀ, ਭਰਾ ਆਪਦੀਆਂ ਭੈਣਾਂ ਨੂੰ ਤੀਆਂ ਦਾ ਸੁਨਾਰਾ ਦੇਣ ਜਾਂਦੇ ਹਨ। ਹਾਂਜੀ, ਇਹ ਪੰਜਾਬੀ ਵਿਰਸਾ ਹੈ। ਹਾਂਜੀ, ਇਹ ਮਾਵਾਂ ਆਪਦੀਆਂ ਧੀਆਂ ਨੂੰ ਪੇਕੇ ਘਰ ਬੁਲਾ ਕੇ ਹਾਂਜੀ ਉਹਨਾਂ ਨੂੰ ਸੱਭਿਆਚਾਰ ਦਾ ਹਾਰ ਸ਼ਿੰਗਾਰ ਸਸੂਤ ਬੂਟ ਸਭ ਕੁਝ ਲੈ ਕੇ ਦਿੰਦੇ ਹਨ। ਭਰਜਾਈਆਂ ਭਰਾ ਪੇਕੇ ਘਰ ਉਹਨਾਂ ਦੇ ਸੁਨਾਰਾ ਦੇਣ, ਨਣਦਾਂ ਭਰਜਾਈਆਂ ਰਲ ਮਿਲ ਕੇ ਗਿੱਧਾ ਗਿੱਧਾ ਪਾਉਂਦੀਆਂ ਹਨ। ਕੀ ਨਾਮ ਹੈ ਬੇਟੇ ਤੁਹਾਡਾ? ਮਨਪ੍ਰੀਤ ਜੀ। ਮਨਪ੍ਰੀਤ ਜੀ, ਇਹ ਆਪਣਾ ਜੋ ਸੱਭਿਆਚਾਰਕ ਪ੍ਰੋਗਰਾਮ ਤੁਸੀਂ ਕਰਵਾਇਆ ਤੀਆਂ ਦਾ, ਤੀਆਂ ਧਰਾਣੀਆਂ ਦਾ, ਕੀ ਕਹਿਣਾ ਚਾਹੋਗੇ? ਇਹ ਸਾਡਾ ਨਾ ਪ੍ਰਾਚੀਨ ਤਿਉਹਾਰ ਹੁੰਦਾ ਹੈ, ਪਿਆਰ ਤਿਉਹਾਰ ਹੈ, ਇਹ ਸੱਭਿਆਚਾਰਕ ਸਾਰੇ ਵਿਸ਼ਿਆਂ ਤੋਂ ਚੱਲਦਾ ਆਉਂਦਾ ਹੈ। ਇਹ ਸਾਰੀਆਂ ਭੈਣਾਂ, ਭਾਬੀਆਂ, ਮਾਮੀਆਂ, ਮਾਸੀਆਂ ਸਾਰੇ ਇਕੱਠੀਆਂ ਹੋ ਕੇ ਇੱਕ ਸਾਰ ਮਨਾਉਂਦੀਆਂ ਨੇ। ਇਹਦੇ ਵਿੱਚ ਝੂਲੇ, ਪੀਂਘਾਂ, ਚੂੜੀਆਂ, ਆਪਦਾ ਸਾਰ ਹਾਰ ਸ਼ਿੰਗਾਰ ਕਰਿਆ ਜਾਂਦਾ ਹੈ, ਤੇ ਹੋਰ ਬਾਕੀ ਆਪਦਾ ਪੀਂਘਾ ਪੂੰਘਾ ਝੂਟ ਕੇ ਆਪਦਾ ਮਨ ਦਾ ਮਨੋਰੰਜਨ ਕਰਿਆ ਜਾਂਦਾ। ਥੈਂਕ ਯੂ। ਮੇਰਾ ਨਾਮ ਨਵਨੀਤ ਕੌਰ ਹੈ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਅਸੀਂ ਇਕੱਠੇ ਹੋ ਕੇ ਸੈਲੀਬ੍ਰੇਟ ਕਰਦੇ ਹਾਂ ਤੇ ਬਹੁਤ ਜ਼ਿਆਦਾ ਇੰਜੋਏ ਕਰਦੇ ਹਾਂ। ਇਹ ਸਾਡਾ ਬਹੁਤ ਹੀ ਪੁਰਾਣਾ ਤਿਉਹਾਰ ਹੈ, ਸਾਡੇ ਪੁਰਾਣੀਆਂ ਦਾਦੀਆਂ ਪੜਦਾਦੀਆਂ ਸ਼ੁਰੂ ਤੋਂ ਹੀ ਲਾਉਂਦੀਆਂ ਆ ਰਹੀਆਂ ਨੇ, ਤੇ ਹੁਣ ਅਸੀਂ ਵੀ ਇਹ ਰਿਵਾਜ ਆਪਣਾ ਜਾਰੀ ਰੱਖਾਂਗੇ, ਅੱਗੇ ਵੀ ਅਗਲੀ ਪੀੜ੍ਹੀ ਵੀ ਆ ਕੇ ਨਵੀਂ ਜਨਰੇਸ਼ਨ ਇਹ ਕਰੂਗੀ। ਅਸੀਂ ਸੱਭਿਆਚਾਰ ਨਾਲ ਜੁੜੇ ਰਹੀਏ, ਬਸ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ, ਨਿਊ ਜਨਰੇਸ਼ਨ। ਥੈਂਕ ਯੂ ਸੋ ਮਚ।